ਅਲੀ ਅਕਬਰ ਦੀ ਜੁੱਤੀ ਦਾ ਸਦਕਾ ਜਵਾਨੀਆਂ ਮਾਣੋ, ਮੈਂ ਕਸੀਦਾ ਪੜਦਾ ਪਿਆ, ਅਲੀ ਦਾ ਫਜ਼ਾਇਲ ਪੜਦਾ ਪਿਆ, ਚਿੱਟੀਆਂ ਦਾੜੀਆਂ ਵਾਲੇ ਬੁੱਢੜੇ ਵੀ ਬੋਲਦੇ ਪੈਣ, ਮੈਂ ਕਿਉਂ ਨਾ ਆਖਾਂ ਗੱਲ ਹੈ ਇਮਾਨ ਹੈ ਇਮਾਨ ਦੇ ਗੱਲ ਹੈ ਇਮਾਨ ਦੇ ਗੱਲ ਹੈ ਇਮਾਨ ਦੇ ਗੱਲ ਹੈ ਇਮਾਨ ਦੇ ਐਤੇ ਵੇਖਾਵਾਂ ਅੱਜ ਨੱਤ ਕੇ ਕੁਰਾਨ ਦੇ ਗੱਲ ਹੈ ਇਮਾਨ ਗੱਲ ਹੈ ਇਮਾਨ ਦੇ ਸਲਾਮਤ ਰਹੋ ਮੱਲਾ ਜੀ ਠੀਕ ਹੈ ਬਾਈ ਬਾਣੀ ਦੇ ਪੁੱਤਰ ਰਾਜ਼ੀ ਹੋ ਜਾਣ ਵੱਡੀ ਗੱਲ ਹੁੰਦੀ ਆਵਣ ਵਾਲੇ ਦੌਰ ਦੇ ਬਾਣੀ ਹਨ ਮੈਂ ਭਾਵੇਂ ਔਖਾ ਪਿਆ ਹੁੰਦਾ ਤਵੱਜੋ ਮੇਰੇ ਪਾਸੇ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਹਰ ਜਗ੍ਹਾ ਤੇ ਨਹੀਂ ਪੜੀਂਦੀਆਂ ਇਹ ਕਸੀਦੇ ਵੀ ਇਲਾਕੇ ਵਾਇਦੇ ਹਨ ਤੁਹਾਡੀ ਮੁਹੱਬਤ ਨੂੰ ਵੇਖ ਕੇ ਕਸੀਦਾ ਸ਼ੁਰੂ ਕਰ ਦਿੱਤਾ ਹੈ ਚਾਰ ਸ਼ਬਾਨ ਕੋ ਤੁਹਾਡਾ ਤੇ ਮੇਰਾ ਮੁਰਸ਼ਦ ਅਲਮਾਲਾ ਹਜ਼ਰਤ ਅੱਬਾਸ ਦੋਆ ਅਲਮਾ ਦੇ ਦਰਮਿਆਨ ਖੜਾ ਬਾਈ ਜਾਨ ਚਾਰ ਸ਼ਬਾਨ ਕੋ ਮਾਂ ਦੀ ਝੋਲੀ ਚ ਰੌਣਕ ਅਫਰੋਜ਼ ਬਾਣੀਆਂ ਇਤਲਾਹ ਦਿੱਤੀ ਹੈ ਮੌਲਾ ਇਮਾਮ ਹੁਸੈਨ ਨੂੰ ਅੱਲਾ ਫਿਰਾ ਦਿੱਤਾ ਈ ਮੇਰਾ ਤੇ ਤੁਹਾਡਾ ਮੁਰਸ਼ਦ ਇਮਾਮ ਹੁਸੈਨ ਘਰ ਦੇ ਵਿੱਚ ਆ ਕੇ ਜਿਵੇਂ ਮਾਂ ਦੀ ਝੋਲੀ ਵਿੱਚ ਹਜ਼ਰਤ ਅੱਬਾਸ ਆਏ ਆਪਣੇ ਹੱਥਾਂ ਤੇ ਚਾ ਕੇ ਹੁਸੈਨ ਕੀ ਆਦਾ ਪਿਆਏ ਆਕਾ ਹੁਸੈਨ ਹੱਥਾਂ ਉੱਤੇ ਚਾ ਲਿਆ ਬਾਜ਼ੂ ਵੀ ਚੁੰਮੇ ਨਾਲੇ ਸੀਨੇ ਨਾਲ ਲਾ ਲਿਆ ਦੇ ਮਰੀਦ ਬੈਠੇ ਹੋ ਬਿਸਮਿਲ੍ਲਾ ਹੈਦਰ ਬਹੁਤ ਮਿਹਰਬਾਨੀ ਆਕਾ ਹੁਸੈਨ ਹੱਥਾਂ ਉੱਤੇ ਚਾਲਿਆ ਬਾਜ਼ੂ ਵੀ ਚੁੰਮੇ ਨਾਲ ਸੀਨੇ ਨਾਲ ਲਾ ਲਿਆ ਆਕਾ ਹੁਸੈਨ ਦੇਖਣਾ ਮੇਰੇ ਪਾਸੇ ਤਵੱਜੋ ਮੇਰੇ ਪਾਸੇ ਸ਼ਾਬਾਸ਼ ਬਾਜ਼ੂ ਵੀ ਚੁੰਮੇ ਨਾਲੇ ਸੀਨੇ ਨਾਲ ਲਿਆ ਅੱਖੇ ਸਾਰੀ ਰੋਸ਼ਨੀ ਏ ਅੱਖੇ ਸਾਰੀ ਰੋਸ਼ਨੀ ਏ ਚੰਨ ਇਮਰਾਨ ਦੇ ਗੱਲ ਹੈ ਇਮਾਨ ਦੇ ਗੱਲ ਹੈ ਇਮਾਨ